ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹਾਂ ਵਿਕਰਮ ਸਿੰਘ ਧਨੌਲਾ। ਅੱਜ ਧਨੌਲੇ ਦੇ ਵਿੱਚ ਸਾਡੇ ਇੱਕ ਬਹੁਤ ਹੀ ਮਹਾਨ ਹਸਤੀ ਆਏ ਹੋਏ ਨੇ। ਵਰਲਡ ਕੈਂਸਰ ਰੋਕੋ ਮੁਹਿੰਮ ਜਿਹੜੀ ਚੱਲ ਰਹੀ ਹੈ ਜੰਗੀ ਪੱਧਰ 'ਤੇ, ਉਹਨੂੰ ਕਰ ਰਹੇ ਨੇ, ਜਿਹੜੇ ਤੁਸੀਂ ਸੋਸ਼ਲ ਮੀਡੀਆ 'ਤੇ ਅਕਸਰ ਦੇਖਦੇ ਹੋ, ਕੁਲਵੰਤ ਸਿੰਘ ਧਾਲੀਵਾਲ ਜੀ। ਸਿਰਫ ਕੈਂਸਰ ਦੇ ਮਰੀਜ਼ਾਂ ਦੀ ਪਹਿਚਾਣ ਹੀ ਨਹੀਂ ਕਰਦੇ, ਪਿੰਡ ਪਿੰਡ ਜਾ ਕੇ ਉਹਨਾਂ ਦੇ ਇਲਾਜ ਕਰਨ ਵਾਸਤੇ ਜਿਹੜੇ ਜੰਗੀ ਪੱਧਰ 'ਤੇ ਉਹਨਾਂ ਨੇ ਇੱਕ ਮੁਹਿੰਮ ਛੇੜੀ ਹੋਈ ਆ। ਧੰਨਵਾਦ ਧਾਲੀਵਾਲ ਸਾਹਿਬ ਦਾ। ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਐਂਡ ਦੋਸਤੋ, ਅੱਜ ਮੈਂ ਬਰਨਾਲਾ ਡਿਸਟ੍ਰਿਕਟ ਦਾ ਧਨੌਲਾ ਪਿੰਡ ਹੈ, ਇੱਥੇ ਪਹੁੰਚਿਆ। ਇੱਥੇ ਇੱਕ ਬੇਟੀ ਨੇ ਬੜੀ ਸਾਦਾ ਮੈਰਿਜ ਕਰਵਾ ਰਹੀ ਹੈ, ਅਤੇ ਉਹ ਬੇਟੀ ਨੇ ਮੈਥੋਂ ਕੈਨੇਡਾ ਦੇ ਵਿੱਚੋਂ ਕਾਲ ਕਰਕੇ ਟਾਈਮ ਲਿਆ ਸੀ ਵੀ ਮੇਰੇ ਵਿਆਹ 'ਤੇ ਜ਼ਰੂਰ ਪਹੁੰਚੀ, ਅਤੇ ਮੈਂ ਕਿਹਾ ਸੀ ਵੀ ਜੇ 1 ਰੁਪਏ ਨਾ ਕਰੇਗੀ ਤਾਂ ਮੈਂ ਜ਼ਰੂਰ ਆਊਂਗਾ, ਅਤੇ ਮੈਂ ਕੱਲ੍ਹ ਇੰਗਲੈਂਡ 'ਚ ਲੈ ਜਾਣਾ ਸੀ, ਅੱਜ ਉਹਦੇ ਵਿਆਹ ਕਰਕੇ ਰੁਕਿਆ। ਇਹ ਮਹਿੰਗੇ ਵਿਆਹ ਵੀ ਕੈਂਸਰ ਹੈ ਬਿਲਕੁਲ ਸਾਡੇ ਸਮਾਜ ਦੇ ਉੱਤੇ ਨਾ। ਜੇ ਸਾਦਾ ਵਿਆਹ ਕਰ ਲਗੇ ਕਿਸਾਨ ਖੁਦਕੁਸ਼ੀ ਨਹੀਂ ਕਰੂਗਾ, ਖੁਦਕੁਸ਼ੀਆਂ ਦੀ ਬੈਲਟ ਹੈ ਇਹ, ਮਾਨਸਾ ਜ਼ਿਲ੍ਹਾ ਹੋਇਆ ਇੱਥੇ ਆ। ਮੈਂ ਤਾਂ ਪਹਿਲਾਂ ਤਾਂ ਉਹਦੇ ਮਾਂ ਬਾਪ ਨੂੰ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਬੇਟੀ ਪੈਦਾ ਕੀਤੀ, ਉਹ ਜਿਹਨੇ ਇੱਕ ਸ਼ੁਰੂਆਤ ਕੀਤੀ ਆ ਵੀ ਮੈਂ ਸਾਦੇ ਤਰੀਕੇ ਨਾਲ ਵਿਆਹ ਕਰਾਉਣਾ। ਜੇ ਸਾਰੇ ਆਪਾਂ ਕਰਨ ਲੱਗ ਜਾਈਏ ਸਾਦੇ ਵਿਆਹ, ਬੜੀ ਮੁਸ਼ਕਿਲ ਖਤਮ ਹੋ ਜੂਗੀ। ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਵੀ ਮੈਰਿਜ ਪੈਲਸਾਂ ਤੋਂ ਘਰ ਨੂੰ ਮੁੜੇ ਆਓ, ਚੰਗੇ ਰਹੋਗੇ, ਹਜੇ ਟਾਈਮ ਹੈਗਾ, ਵਕਤ ਹੈਗਾ, ਲੇਟ ਨਹੀਂ ਗੇ ਅਤੇ ਨਹੀਂ ਕੰਮ ਬਹੁਤ ਖਰਾਬ ਹੈ। ਕਿਉਂਕਿ ਇਹ ਜਿਹੜਾ 10-20 ਲੱਖ ਰੁਪਈਆ ਤੁਸੀਂ ਇੱਕ ਦਿਨ 'ਚ ਲਾਉਂਦੇ ਆ ਨਾ ਮੈਰਿਜ ਪੈਲਸ 'ਚ, ਇਹ ਸਭ ਤੋਂ ਵੱਡਾ ਕੈਂਸਰ ਹੈ। ਧਾਲੀਵਾਲ ਸਾਹਿਬ, ਹੁਣ ਤੱਕ ਤੁਸੀਂ ਕਿੰਨੇ ਕੁ ਪਿੰਡਾਂ ਦੇ ਵਿੱਚ ਜਾ ਕੇ ਦੇਖਿਆ ਅਤੇ ਕੀ ਹਾਲਾਤ ਨੇ ਕੈਂਸਰ ਦੇ? ਹੁਣ ਮੈਂ ਕੈਂਸਰ ਬਾਰੇ ਗੱਲ ਕਰਦਾ। ਐਂਡ ਵਰਲਡ ਕੈਂਸਰ ਕੇਅਰ ਜੀ ਸਾਰੇ ਵਰਲਡ ਦੇ ਵਿੱਚ ਹੈ, ਪਰ ਪੰਜਾਬ ਮੇਰੇ ਪੇਕੇ ਹੈ। 12,783 ਪਿੰਡ ਹੈ ਜੀ, 9,000 ਪਿੰਡ ਅਸੀਂ ਚੈੱਕਅਪ ਕਰ ਚੁੱਕੇ ਹਾਂ। ਐਡੀ ਵੱਡੀ ਮੁਹਿੰਮ ਹੈ ਸਾਡੀਆਂ, 15 ਬੱਸਾਂ ਕੈਂਸਰ ਦੀਆਂ ਪਿੰਡਾਂ 'ਚ ਤੁਰੀਆਂ ਫਿਰਦੀਆਂ, 30 ਪਿੰਡ ਅਸੀਂ ਹਰ ਰੋਜ਼ ਚੈੱਕਅਪ ਕਰ ਦਿੰਦੇ ਹਾਂ। ਅਤੇ ਅਸੀਂ ਪੰਜਾਬ ਨੂੰ, ਮੈਂ ਹੁਣ ਆਇਆ ਸੀ ਜੀ, ਅੱਜ ਮੇਰਾ ਅਖੀਰਲਾ ਦਿਨ ਹੈ, ਮੈਂ ਦਮਦਮਾ ਸਾਹਿਬ ਵਿਸਾਖੀ 'ਤੇ ਆਇਆ ਸੀਗਾ। ਪਹਿਲਾਂ ਸਾਡੀ ਪਲੈਨ ਸੀ 500 ਕੈਂਪ 2018 'ਚ ਲਾਵਾਂਗੇ, 500 2019 'ਚ, 500 ਕੈਂਪ 2000 ਦੇ ਵਿੱਚ, ਪਰ ਅਸੀਂ ਵਧਾ ਦਿੱਤਾ। ਕਿਉਂਕਿ ਜਦੋਂ ਮੈਂ ਬਠਿੰਡੇ ਦੇ ਬੈਲਟ ਤਲਵੰਡੀ ਸਾਬੋ 'ਚ ਆਇਆ, ਜਦੋਂ ਉੱਥੋਂ ਦੇ ਹਾਲਾਤ ਦੇਖੇ ਵੀ ਲੋਕਾਂ ਨੂੰ ਜਾਗਰਤਾ ਦੀ ਬਹੁਤ ਵੱਡੀ ਘਾਟ ਹੈ, ਉਹ ਕੈਂਪ ਅਸੀਂ 100-100 ਵਧਾ ਤਾ ਹੋਰ। ਪਰ ਮਾਲਵੇ ਦੀ ਬੈਲਟ 'ਤੇ ਜ਼ਿਆਦਾ ਸਾਡਾ, ਦੁਆਬਾ ਅਸੀਂ ਚੈੱਕਅਪ ਕਰ ਚੁੱਕੇ ਹਾਂ ਜੀ, ਅਸੀਂ 95% ਜਾਂ 96% ਕਹਿ ਸਕਦੇ ਹਾਂ, 2-4% ਰਹਿੰਦਾ ਹੋਊਗਾ। ਬਾਕੀ ਸਾਰੀਆਂ ਟੀਮਾਂ ਅਸੀਂ ਹੁਣ ਮਾਲਵੇ 'ਚ ਆ ਗਏ ਜੀ, ਠੀਕ ਹੈ। ਐਂਡ ਬਹੁਤ ਜਲਦੀ ਅਸੀਂ ਮਾਲਵੇ ਨੂੰ। ਧਾਲੀਵਾਲ ਸਾਹਿਬ, ਜੇ ਕਿਸੇ ਨੇ ਆਪਣੇ ਪਿੰਡ ਦੇ ਵਿੱਚ ਇਹ ਕੈਂਪ ਲਗਾਉਣਾ ਹੋਵੇ ਰੋਗ ਦੀ ਪਹਿਚਾਣ ਕਰਨ ਵਾਸਤੇ, ਕੀ ਪ੍ਰੋਸੀਜਰ ਆ ਜੀ, ਉਹ ਵੀ ਦੱਸੋ ਜੀ। ਹਾਂ ਵੀਰ ਜੀ, worldcancercare.co.in 'ਤੇ ਚਲੇ ਜਾਓ, ਇੱਕ ਤਾਂ ਸਾਨੂੰ ਜੁਆਇਨ ਕਰ ਲਓ, ਉੱਥੇ ਜੁਆਇਨ ਦਾ ਲਫ਼ਜ਼ ਆ ਜੂ। ਇੱਕ worldcancercare.co.in 'ਤੇ ਜਾ ਕੇ ਸਾਡੇ ਅਗਲੇ 10 ਦਿਨ ਦੇ ਕੈਂਪਾਂ ਦੀ ਲਿਸਟ ਆ ਜੂ ਵੀ ਕਿੱਥੇ ਕਿੱਥੇ ਆ, ਠੀਕ ਹੈ। ਜਿਵੇਂ ਪਰਸੋਂ ਅਸੀਂ ਮੁਕਤਸਰ ਸਾਹਿਬ ਸੀ 40 ਮੁਕਤਿਆਂ ਦੀ ਯਾਦ ਦੇ ਵਿੱਚ, ਮੁਕਤਸਰ ਸਾਹਿਬ 4 ਮਈ ਨੂੰ ਫੇਰ ਹੈ, ਮੈਂ ਬਾਅਦ ਦੇ ਵਿੱਚ ਫੇਸਬੁੱਕ ਲਾਈਵ ਕਰੂੰ ਸਾਡੇ ਵਰਲਡ ਕੈਂਸਰ ਤੋਂ, ਮੈਂ ਸਾਰੇ ਕੈਂਪਾਂ ਦੀ ਲਿਸਟ ਦੱਸੂ। ਵੈਸੇ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ, ਮੈਂ ਇੱਥੇ ਹੋਵਾਂ ਚਾਹੇ ਨਾ ਹੋਵਾਂ, ਕੈਂਸਰ ਦੇ ਮਰੀਜ਼ਾਂ ਨੂੰ ਹਰ ਰੋਜ਼ ਸਾਡੀਆਂ ਟੀਮਾਂ ਚੈੱਕਅਪ ਕਰ ਰਹੇ ਨੇ, ਪਰ ਤੁਸੀਂ ਫਾਇਦਾ ਲੈ ਲਿਆ ਕਰੋ ਆਣ ਕੇ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਇੱਕੋ ਸੰਸਥਾ ਦੁਨੀਆ ਦੇ ਵਿੱਚ ਜਿਹੜੀ 7 ਕਿਸਮ ਦਾ ਕੈਂਸਰ ਸੜਕ 'ਤੇ ਖੜ੍ਹ ਕੇ ਚੈੱਕਅਪ ਕਰ ਦਿੰਦੇ ਹੈ, ਠੀਕ ਹੈ। ਉੱਥੇ ਤੁਹਾਨੂੰ 1/2 ਘੰਟਾ ਡੀਕਣਾ ਪਊਗਾ, ਉਸ ਤੋਂ ਬਾਅਦ ਜੇ ਤੁਹਾਡੀ ਮਾਂ ਤੁਹਾਡੇ ਘਰ ਵਾਲੀ ਆ ਜਾਵੇ। ਪਰ ਮੈਂ ਦੋਸਤੋ ਕੈਂਸਰ ਚੈੱਕਅਪ ਦੇ ਵਿੱਚ ਵਿਸ਼ਵਾਸ ਨਹੀਂ ਕਰਦਾ, ਮੈਂ ਸਾਦੇ ਜੀਵਨ 'ਚ ਵਿਸ਼ਵਾਸ ਕਰਦਾ। ਜੋ ਗੁਰੂ ਸਾਹਿਬ ਨੇ ਸਾਨੂੰ ਕਿਹਾ ਸੀ, ਜਨਮ ਤੋਂ ਲੈ ਕੇ ਮਰਨ ਤੱਕ ਸਾਦਾ ਜੀਵਨ, ਸਾਦਾ ਜੀਵਨ ਜਿਉਵੋਗੇ ਤਾਂ ਕੈਂਸਰ ਤੋਂ, ਰੋਗਾਂ ਤੋਂ ਬਚ ਜਾਓਗੇ। ਕੈਂਸਰ ਤੁਸੀਂ ਖੁਦ ਛੇੜਿਆ, ਆਪਦਾ ਖਾਣ ਪਾਣ ਸਾਦਾ ਲਿਓ। ਕਿਸਾਨਾਂ ਵੀਰਾਂ ਨੂੰ ਬੇਨਤੀ ਕਰਦਾ ਵੀ ਕੀ ਤੁਸੀਂ ਖਾਣ ਜੋਗੀ ਸਬਜ਼ੀ ਨਹੀਂ ਬੀਜ ਸਕਦੇ? ਜੱਟਾਂ ਦੇ ਮੁੰਡੇ ਕੱਦੂ ਸ਼ਹਿਰੋਂ ਖਰੀਦਦੇ ਆ, ਮੈਨੂੰ ਸ਼ਰਮ ਆਉਂਦੀ ਹੈ ਜਦੋਂ ਰੇਹੜੀਆਂ 'ਤੇ ਖੜ੍ਹੇ ਮੈਂ ਦੇਖਦਾ। ਤੁਸੀਂ ਤਾਂ ਸ਼ਹਿਰ ਨੂੰ ਕੱਦੂ ਭੇਜਣੇ ਆ ਜਾਂ ਟਿੰਡੋ ਸਬਜ਼ੀ ਜਿਹੜੀ ਵੀ ਹੈ, ਘਰ ਦੀ ਸਬਜ਼ੀ ਵੀ ਜੋ। ਮੈਂ ਦੋਸਤੋ ਬੇਨਤੀ ਕਰਦਾ ਹੱਥ ਜੋੜ ਕੇ, ਜਿਹੜੇ ਸਬਜ਼ੀਆਂ ਨੂੰ ਟੀਕੇ ਲਾਉਣੇ ਆ ਯਾਰ, ਬੰਦ ਕਰ ਦਿਓ, ਲਓ ਮੈਂ ਮਿਹਨਤ ਕਰਦਾ ਤੁਹਾਡੀ। ਇਹਦੇ 'ਚ ਤੁਸੀਂ ਜ਼ਹਿਰ ਵੰਡ ਰਹੇ ਹੋ ਲੋਕਾਂ ਨੂੰ, ਜ਼ਹਿਰ। ਸਾਡੇ ਗੁਰੂ ਨੇ ਅੰਮ੍ਰਿਤ ਵੰਡਿਆ ਅਤੇ ਤੁਸੀਂ ਉਹਨਾਂ ਦੇ ਬੱਚੇ, ਉਹਨਾਂ ਦੇ ਵਾਰਸ, ਉਹਨਾਂ ਦੀ ਕੌਮ, ਸਿੱਖ ਕੌਮ ਜ਼ਹਿਰ ਵੰਡ ਰਹੀ ਹੈ
ਵਾਹ ਬਈ ਵਾਹ, ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਨੇ ਮੰਨੀ ਨਹੀਂ ਗੱਲ ਕੋਈ। ਨੰਬਰ 2, ਦੁੱਧ ਦੇ ਵਿੱਚ ਜਿਹੜੇ ਮਿਲਾਵਟ ਕਰਦੇ ਉਹ ਵੀ ਬੰਦ ਕਰ ਦਿਓ, ਉਹ ਵੀ ਜ਼ਹਿਰ ਵੰਡ ਰਹੇ, ਕੋਈ ਹੋਰ ਕਾਰੋਬਾਰ ਕਰ ਲਓ। ਇੱਦੂ ਗਿਰਿਆ ਵਾ ਕਾਰੋਬਾਰ ਕੋਈ ਹੈ ਕਿ ਜਿਹੜਾ ਦੁੱਧ ਤੁਹਾਡੇ ਘਰ ਮੁੱਲ ਦਾ ਦੁੱਧ ਲਿਆਂਦਾ ਕਿਲੋ, ਤੁਹਾਨੂੰ ਪਤਾ ਹੀ ਨਹੀਂ ਇਹਦੇ ਵਿੱਚ ਹੈ ਕੀ, ਤੁਹਾਡੇ ਬੱਚੇ ਨਿੱਕੇ ਬੱਚੇ ਨੇ ਪੀ ਲਿਆ, ਉਹ ਤਾਂ ਉਸੇ ਵਕਤ ਬਿਮਾਰ ਹੋ ਜੂਗਾ। ਇਹਦਾ ਮਤਲਬ ਅਸੀਂ ਹਰ ਬੰਦਾ ਕਰਪਟ ਹੋ ਗਿਆ, ਦੁੱਧ ਹੀ ਉੱਨੀ ਕਰਪਸ਼ਨ ਕਰ ਰਿਹਾ ਜਿੰਨੀ ਉਹਦੀ ਪਹੁੰਚ ਹੈ। ਜੱਟ ਉਹਨੇ ਸਬਜ਼ੀਆਂ ਦੇ ਟੀਕੇ ਲਾਈ ਜਾਂਦਾ, ਜਿਹੜੇ ਵੀ ਵੀਰ ਸਬਜ਼ੀਆਂ ਬੀਜਦੇ ਆ ਉਹ ਵੀ ਕਰਪਸ਼ਨ ਹੀ ਹੈ ਸਬਜ਼ੀ ਨੂੰ ਛੇਤੀ ਪੈਦਾ ਕਰਨ ਦੇ ਵਿੱਚ। ਇਹਦਾ ਮਤਲਬ ਸਰ ਬੰਦਾ ਹੀ ਕਰਪਟ ਹੋ ਗਿਆ ਪੰਜਾਬ ਦਾ ਯਾਰ, ਅਤੇ ਕਈ ਗਰੀਬ ਮਰ ਰਹੇ ਆ, ਕਿਉਂਕਿ 2 ਕਿੱਲੇ ਵਾਲਾ ਵੀ ਮਰ ਰਿਹਾ, 5 ਕਿੱਲੇ ਵਾਲਾ ਦਲਿਤ ਵੀ, ਰਮਦਾਸੀਆ ਵੀ, 10 ਕਿੱਲੇ ਤੋਂ ਥੱਲੇ ਵਾਲਾ ਵੀ ਗਰੀਬ ਦੀ, ਜੱਟ ਭਾਈ ਦੀ ਮਾੜੀ ਹਾਲਤ ਹੈ। ਮੈਂ ਵੀ ਜੱਟ ਪਰਿਵਾਰ 'ਚ ਮੇਰਾ ਜਨਮ ਹੋਇਆ, ਪਰ ਮੈਂ ਇੱਕ ਤਾਂ ਨਾਅਰਾ ਦੇ ਰਿਹਾ ਵੀ ਸਾਦੇ ਵਿਆਹ ਅਤੇ ਸਾਦੇ ਮਰਨੇ ਗੁਰੂ ਘਰ 'ਚ ਕਰੋ, ਗੁਰੂ ਘਰ 'ਚ ਵਿਆਹ ਕਰੋ, ਜਿਵੇਂ ਮੈਂ ਬੇਟੀ ਨੇ ਵਿਆਹ 'ਚ ਗੁਰਦੁਆਰੇ ਸਭ 'ਚ ਕੀਤਾ, ਕੋਈ ਖਰਚਾ ਨਹੀਂ ਹੋਊਗਾ, ਸਿੰਪਲ। ਇੱਥੇ ਲੰਗਰ ਪਾਣੀ ਛਕੋ ਸਧਾਰਨ ਤਰੀਕੇ ਦੇ ਨਾਲ, ਦੋਸਤੋ ਗੁਰੂ ਸਾਹਿਬ ਨਹੀਂ ਕਿਸੇ ਨਾਲ ਧੱਕਾ ਕਰਦਾ। ਅਤੇ ਧਾਲੀਵਾਲ ਸਾਹਿਬ, ਇੱਕ ਹੋਰ ਜ਼ਰੂਰੀ ਗੱਲ ਹੈ ਜਿਹੜੀ ਸੋਸ਼ਲ ਮੀਡੀਆ 'ਤੇ ਇੱਕ ਪਿੱਛੇ ਜਿਹੇ ਬਹੁਤ ਜ਼ਿਆਦਾ ਗੱਲ ਉੱਠੀ ਕਿ ਪਹਿਲਾਂ ਇੱਕ ਕੈਂਸਰ ਰੋਕੋ ਮੁਹਿੰਮ ਸੀ, ਉਹਨਾਂ ਦੇ ਨਾਲ ਤੁਹਾਡਾ ਵਿਵਾਦ ਸੀ, ਕੋਈ ਕੇਸ ਦੀ ਗੱਲ ਹੋਈ ਸੀ, ਜੋ ਕੀ ਮਸਲਾ ਸੀ ਜੀ? ਬਿਲਕੁਲ ਜੀ, ਪਹਿਲਾਂ ਮੈਂ ਰੋਕੋ ਕੈਂਸਰ ਨਾਲ ਕੰਮ ਕੀਤਾ, ਫਿਰ ਮੈਨੂੰ ਵਰਲਡ ਕੈਂਸਰ ਨੇ ਲੈ ਲਿਆ ਜੀ। ਦੇਖੋ ਜੀ, ਕੋਈ ਵੀ ਬੰਦਾ ਉਹ ਦੁਨੀਆਂ 'ਚ ਉੱਪਰ ਜਾਂਦਾ ਕਿਸੇ ਸੰਸਥਾ ਨੂੰ ਰਿਜ਼ਾਈਨ ਕਰਕੇ, ਅਤੇ ਉਹ ਕਿਤੇ ਹੋਰ ਵੀ ਕੰਮ ਕਰ ਸਕਦਾ। ਅਗਰ ਮੈਨੂੰ ਵਰਲਡ ਲੈਵਲ ਦੀ ਸੰਸਥਾ ਨੇ ਆਪਦਾ ਅੰਬੈਸਡਰ ਬਣਾਤਾ, ਜੇ ਮੈਂ ਪਹਿਲੀ ਸੰਸਥਾ ਤੋਂ ਵੀ ਰੁਪਈਆ ਤਨਖਾਹ ਲਿਆ ਹੋਵੇ ਤਾਂ ਵੀ ਦੱਸ ਦੇਣ, ਅਤੇ ਜੇ ਇਸ ਤੋਂ ਲੈਣ ਤਾਂ ਵੀ ਦੱਸ ਦੇਣ। ਸਾਡਾ ਸਾਰੇ ਸਟਾਫ ਦੀ ਤਨਖਾਹਦਾਰ ਹੈ। ਵਰਲਡ ਕੈਂਸਰ ਦੇ ਵਿੱਚ ਇੱਕੋ ਹੈ, ਪਹਿਲਾਂ ਪਹਿਲੀ ਸੰਸਥਾ ਦੇ ਵਿੱਚ ਵੀ ਸੀ, ਮੈਂ 1 ਰੁਪਈਆ ਤਨਖਾਹ ਨਹੀਂ ਕਦੇ ਲਈ, ਅਤੇ ਮੈਂ ਬਾਕੀ ਦਾ ਜੀਵਨ ਕੈਂਸਰ ਨੂੰ ਦਾਨ ਕਰ ਚੁੱਕਿਆ। ਲੋਕ ਤਾਂ 10 ਰੁਪਈਏ ਦਾਨ ਕਰਦੇ ਹੋਣਗੇ ਨਾ, ਮੈਂ ਤਾਂ ਸਾਰਾ ਜੀਵਨ ਦਾਨ ਕਰ ਦਿੱਤਾ ਕੈਂਸਰ ਨੂੰ। ਠੀਕ ਹੈ ਜੀ। ਅਤੇ ਤੁਹਾਡੇ ਪਾਸੇ ਇੱਕ ਹੋਰ ਮੋਗੇ ਦੇ ਨੇੜੇ ਹਸਪਤਾਲ ਬਣਨ ਦੀ ਗੱਲ ਕਹੀ ਜਾ ਰਹੀ ਸੀ? ਹਸਪਤਾਲ ਨੇ ਜੀ, ਜਾਗਰਤਾ ਕੇਂਦਰ, ਜਾਗਰਤਾ ਕੇਂਦਰ ਜਿੱਥੇ ਮਾਂ ਨੂੰ ਦੱਸਿਆ ਜਾਊ ਛਾਤੀ ਦੁੱਧ ਪਿਆਓ ਬੱਚਿਆਂ ਨੂੰ। ਨਹੀਂ, ਪਹਿਲਾਂ ਰੋਕੋ ਕੈਂਸਰ ਵੱਲੋਂ ਕੋਈ ਬਣਨਾ ਹੋਣਾ ਜੀ? ਉਹਦੇ ਜੀ ਇੱਕ ਬਾਬਾ ਕੇ ਹਸਪਤਾਲ ਹੈ, ਮਹਾਂਪੁਰਸ਼ਾਂ ਦਾ ਤਿਆਰ ਕੀਤਾ, ਉਹ ਚੱਲ ਰਿਹਾ ਜੀ ਹਸਪਤਾਲ। ਅਸੀਂ ਉਹਦੇ 'ਚ 2 ਕਰੋੜ ਦੀਆਂ ਮਸ਼ੀਨਾਂ ਭੇਜੀਆਂ। ਕਿੰਨੇ ਕਮਰੇ ਬਣ ਗਏ ਉਹਦੇ? ਚੱਲ ਰਿਹਾ ਹਸਪਤਾਲ, ਉਹ ਬਾਬਾ ਜੀ ਦਾ ਹੀ ਬਣਾਇਆ ਸੀ, ਅਸੀਂ ਤਾਂ ਮਸ਼ੀਨਾਂ ਅਤੇ ਵਾਰਡ ਬੈੱਡ ਭੇਜੇ ਸੀਗੇ। ਠੀਕ ਹੈ, ਉਹ ਚੱਲ ਰਿਹਾ, ਉਹਦਾ ਜਾ ਕੇ ਮੇਰੇ ਭੈਣ ਭਰਾ ਫਾਇਦਾ ਵੀ ਲੈ ਸਕਦੇ ਆ, ਦੇਖ ਸਕਦੇ ਆ, ਬੜੇ ਰੀਜਨਲ ਰੇਟ ਆ ਉਹਨਾਂ ਦੇ, ਅਤੇ ਉਹ ਚੈਰਿਟੀ ਵੱਲੋਂ ਹੀ ਚਲਾ ਰਹੇ ਆ, ਉਹ ਸੰਤ ਮਹਾਂਪੁਰਸ਼ ਹੀ ਚਲਾ ਰਹੇ ਉਹਨਾਂ ਨੂੰ। ਐਂਡ ਉਹਦੇ 3 ਡਾਇਲਸਿਸ ਦੀਆਂ ਮਸ਼ੀਨਾਂ ਭੇਜੀਆਂ ਸੀ, ਅਸੀਂ ਇੱਕ ਛਾਤੀ ਦੇ ਕੈਂਸਰ ਦੀ ਭੇਜੀ ਸੀ, ਇੱਕ ਆਪਰੇਸ਼ਨ ਥੀਏਟਰ ਤਿਆਰ ਕਰਕੇ ਦਿੱਤਾ ਸੀ, 50 ਬੈੱਡ ਦਾ ਇੱਕ ਵਾਰਡ ਸੀ, 50 ਬੈੱਡ ਭੇਜੇ ਸੀ ਅਸੀਂ। ਠੀਕ ਹੈ, ਇੱਕ ਮੈਡੀਸਨ ਦੀ ਦਵਾਈ ਦੀ ਦੁਕਾਨ ਖਿਲਾਈ ਸੀ ਕਿ ਕੰਟਰੋਲ ਰੇਟ 'ਤੇ ਦਵਾਈ ਵੇਚੀ ਜਾਵੇ। ਉਹ ਵਧੀਆ ਮਹਾਂਪੁਰਸ਼ ਸੇਵਾ ਕਰਦੇ ਆ, ਮੈਂ ਸਾਰੇ ਸੰਤ ਮਹਾਂਪੁਰਸ਼ਾਂ ਨੂੰ ਵੀ ਬੇਨਤੀ ਕਰਦਾ, ਆਓ ਯਾਰ, ਗੁਰਦੁਆਰੇ ਮੰਦਰ ਬਹੁਤ ਬਣਾ ਲਏ, ਆਓ ਆਪਾਂ ਹਸਪਤਾਲ ਬਣਾਈਏ, ਜਿੱਥੇ ਕਿ ਅਸਲ ਵਿੱਚ ਹਸਪਤਾਲ ਤੋਂ ਪਹਿਲਾਂ ਜਾਗਰਤਾ ਕੇਂਦਰ ਦੀ ਜ਼ਰੂਰਤ ਹੈ। ਜਾਗਰਤਾ ਬਹੁਤ ਜ਼ਰੂਰੀ ਹੈ, ਜੇ ਜਾਗਰਤਾ ਆ ਜਾਵੇ ਬੰਦੇ ਨੂੰ ਤਾਂ ਸਹਿਜੇ ਹੀ ਹੋ ਸਕਦੀ ਹੈ। ਪਰ ਕਿੰਨਿਆਂ ਕਿੰਨੇ ਵਿਆਹ 1 ਰੁਪਈਏ ਨਾਲ ਕੀਤਾ, ਮੈਂ ਜਸ ਵਿਆਹ 'ਤੇ ਆਇਆ, ਮੈਨੂੰ ਅੱਜ ਖੁਸ਼ੀ ਹੈ, ਮੈਨੂੰ ਮਾਣ ਮਹਿਸੂਸ ਹੋ ਰਿਹਾ। ਜੇ ਮੈਨੂੰ ਸੁਣ ਰਹੇ ਆ, ਕਿੰਨਿਆਂ ਨੇ ਲਾ ਦਿਆ 1 ਰੁਪਏ ਨਾਲ ਵਿਆਹੀ ਹੈ? ਤੁਸੀਂ ਵਿਆਹ 1 ਰੁਪਈਏ ਨਾਲ ਕਰਾਇਆ ਸੀ? ਨਹੀਂ ਨਹੀਂ ਕਰਾਇਆ ਨਾ। ਆ ਕਲੀਨਸ਼ੇ ਬੈਠਾ ਤੂੰ ਗੁਰਸਿੱਖ ਆ ਮੇਰੇ ਭਰਾ, ਹੁਣ ਮੈਂ ਤੈਨੂੰ ਸਵਾਲ ਕਰਦਾ, ਗੁਰੂ ਨੇ ਕਿਹਾ ਸੀ 500 ਬੰਦਾ ਲੈ ਕੇ ਜਾਣਾ? ਮੇਰੇ ਵਿਆਹ 'ਚ 500 ਬੰਦਾ ਤਾਂ ਨਹੀਂ ਸੀ, 1-1 ਬੰਦੇ ਹੈਗੇ ਸੀ, ਤੇ ਪਰ ਮੈਂ ਉਦੋਂ ਕਲੀਨ ਸ਼ੇਵ ਹੀ ਸੀਗਾ। ਪਰ ਮੈਂ ਬੇਨਤੀ ਕਰਦਾ ਯਾਰ, ਵਿਆਹ ਇਹ ਕੈਂਸਰ ਹੈ, ਮਹਿੰਗੇ ਭੋਗ, ਇਹ ਕੈਂਸਰ, ਆਪਾਂ ਇੱਥੇ ਬਚੀਏ, ਗੁਰੂ ਸਾਹਿਬ ਨੇ ਜੋ ਕਿਹਾ ਉਹ ਕਰੀਏ। ਠੀਕ ਹੈ, ਮੇਰੀ ਹੱਥ ਜੋੜ ਕੇ ਬੇਨਤੀ ਹੈ, ਐਂਡ ਸਾਰੇ ਭੈਣ ਭਰਾਵਾਂ ਨੂੰ ਵੀ ਆਹ ਪੰਜਾਬ 'ਚ ਕੱਗ ਨੂੰ ਗੱਲ ਫੈਲ ਜਾਵੇ ਵੀ ਇਹ ਬੇਟੀ ਬਾਹਰੋਂ ਆਣ ਕੇ ਵੀ ਇਹਨੇ ਸਾਡਾ ਵਿਆਹ ਕਰਾਇਆ, ਅਤੇ ਆਪਾਂ ਇਸ ਬੇਟੀ ਨੂੰ ਫਾਲੋ ਕਰੀਏ। ਠੀਕ ਹੈ ਜੀ। ਵੀਰ ਜੀ, ਮੈਂ ਨਾਲੇ ਵੀ ਕਹਿ ਦਿੰਦਾ, ਸਾਡੇ ਕੈਂਪਾਂ 'ਚ ਜਾ ਕੇ ਦੇਖਿਆ ਕਰੋ, ਇਕੱਲੀਆਂ ਮੈਨੂੰ ਆ ਇੰਟਰਵਿਊ ਇੰਟਰਵਾਂ ਦਾ ਮੈਨੂੰ ਕੋਈ ਨਹੀਂ, ਉੱਥੇ ਜਾ ਕੇ ਦੇਖਿਆ ਕਰੋ ਵੀ ਜੋ ਕੁਲਵੰਤ ਸਿੰਘ ਕਹਿ ਰਿਹਾ ਉਹ ਹੋ ਰਿਹਾ। ਇੱਕ ਲੋਕ ਤਾਂ ਕਹਿਣਗੇ ਮੈਨੂੰ ਚੰਗਾ ਕਹੋ, ਮੈਂ ਕਹਿੰਦਾ ਸਾਡੀ ਟੀਮ ਦੀ ਗਲਤੀ ਕੱਢ ਕੇ ਸਾਡੀ ਝੋਲੀ 'ਚ ਪਾ ਦਿਓ, ਪਰ ਸਾਨੂੰ ਚੰਗਾ ਨਾ ਕਹੋ, ਅਸੀਂ ਮਨੁੱਖਤਾ ਦੀ ਸੇਵਾ ਕਰ ਰਹੇ ਹਾਂ ਜੋ ਕਿ ਹਰ ਸਿੱਖ ਨੂੰ ਕਰਨੀ ਚਾਹੀਦੀ ਹੈ, ਸਾਨੂੰ ਚੰਗਾ ਕਹਿਣ ਦੀ ਕੋਈ ਲੋੜ ਨਹੀਂ, ਸਾਡੀ ਗਲਤੀ ਕੱਢ ਕੇ ਸਾਡੇ ਧਿਆਨ 'ਚ ਲਿਆ ਦਿਆ ਕਰੋ। ਫੇਸਬੁੱਕ 'ਤੇ ਲਿਖ ਦੇਣਾ, ਤੁਸੀਂ ਤਾਂ ਕੁਛ ਕਰਕੇ ਦੇਖ ਲਓ, ਫੇਸਬੁੱਕ 'ਤੇ ਲਿਖਣਾ ਬਹੁਤ ਸੌਖਾ ਹੈ,
30 ਪਿੰਡ ਹਰ ਰੋਜ਼ ਚੈੱਕਅਪ ਕਰ ਦੇਣਾ ਅਤੇ ਉੱਦਣ ਮਰਨਾ। ਪਰਸੋਂ ਹਰਿਮੰਦਰ ਸਾਹਿਬ ਸੀ ਕਿ ਗੁਰੂ ਰਾਮਦਾਸ ਉਨੀ ਦੇਰ ਨਾਲ ਚੱਕੀਆਂ ਕੈਂਸਰ ਟ੍ਰੇਨ ਜੀ ਬੰਦ ਕਰਾਂ ਅਤੇ ਇਕੱਲਾ ਇਕੱਲਾ ਪਿੰਡ ਚੈੱਕਅਪ ਕਰਦੇ ਫਿਰ ਮੈਂ ਫਿਰ ਲੈ ਜੀ ਭਾਵੇਂ ਮੈਨੂੰ ਅਗਲੇ ਦਿਨ ਫਿਰ ਮੈਂ ਇਸ ਸਮਾਜ 'ਚ ਰਹਿਣਾ ਵੀ ਨਹੀਂ ਚਾਹੁੰਦਾ ਹੈਗਾ, ਇੰਨਾ ਗੰਦ ਪੈ ਚੁੱਕਿਆ ਇੱਥੇ। ਠੀਕ ਹੈ, ਫੇਸਬੁੱਕ 'ਤੇ ਝੱਟ ਲਿਖ ਦਿੰਦੇ ਆ ਜਿਹਨੇ 500 ਵਾਲਾ ਵਿਆਹ ਕਰਾਇਆ ਹੁੰਦਾ, ਕਿਤੇ ਮੇਰੇ ਕੈਂਪ 'ਚ ਆਣ ਕੇ ਦੇਖੋ ਕਿ ਦਵਾਈ ਦਾ ਲੰਗਰ ਲੱਗਿਆ ਕਿ ਨਹੀਂ, ਦਵਾਈ ਦਾ ਲੰਗਰ ਲਾਇਆ ਕਿਤੇ? ਮੈਂ ਜਵਾਬ ਪੁੱਛਦਾ, ਸਾਡੇ ਬਾਰੇ ਪੁੱਟਾ ਸਿੱਧਾ ਲਿਖ ਦਿੰਦੇ ਆ, ਸਾਡੇ ਹਰ ਰੋਜ਼ 4 ਦਵਾਈ ਦੇ ਲੰਗਰ ਲੱਗਦੇ ਆ। ਮੈਂ ਖਲੂਣਾ ਦੇ ਰਿਹਾ ਸਿੱਖ ਕੌਮ ਨੂੰ, ਮੇਰੇ ਕੋਲ ਕਿਸੇ ਨੂੰ ਜਵਾਬ ਆ ਮੇਰੇ ਨਾਲ ਗੱਲ ਕਰ ਲਓ? ਅੱਜ ਮੈਂ ਧਨੌਲਾ ਦੇ ਵਿੱਚ ਹਾਂ, ਉਸ ਬੇਟੀ ਨੂੰ ਗੁਰੂ ਸਾਹਿਬ ਆਸ਼ੀਰਵਾਦ ਦੇਣਗੇ, ਅਸੀਂ ਤਾਂ ਅਰਦਾਸ ਕਰਾਂਗੇ। ਹਾਂਜੀ, ਮੈਂ ਨਾਲੇ ਵੀ ਕਹਿੰਦਾ ਸਾਧਾਂ ਤੋਂ ਹੀ ਬਚੋ, ਖਾ ਗਏ ਤੁਹਾਨੂੰ ਲੁੱਟ ਕੇ, ਸ਼ਬਦ ਗੁਰੂ ਤੋਂ ਦੂਰ ਕਰਦੇ ਆ, ਕਰਦੇ ਆ ਨਾ। ਉਹ ਕਹਿੰਦੇ ਮੇਰੇ ਪੈਰੀਆਂ ਹੱਥ ਲਾ, ਠੀਕ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਦੇ ਕਹਿੰਦੇ ਆ ਦੂਰ ਕਰਦੇ ਨਾ, ਬਿਲਕੁਲ ਸ਼ਬਦ ਗੁਰੂ ਤੇ ਰਹਿਣਾ। ਆਹ ਮੇਰਾ ਸੁਨੇਹਾ ਦੇਖੋ, ਕਦੇ ਕਿਸੇ ਨੇ ਦਿੱਤਾ? ਸ਼ਬਦ ਗੁਰੂ ਦੇ ਪੈਰੀਂ ਹੱਥ ਲਾਉਣੇ ਸਿਰਫ ਗੁਰੂ ਗ੍ਰੰਥ ਸਾਹਿਬ ਦੇ। ਠੀਕ ਹੈ, ਨੰਬਰ 2, ਦਾਨ ਸਾਧ ਲੈ ਗਏ ਕੱਢ ਕੇ, ਨਾਲੇ ਤਾਂ ਮੈਨੂੰ ਗੁਰੂ ਤੋਂ ਦੂਰ ਕਰ ਗਏ, ਨਾਲੇ ਮੇਰਾ ਦਾਨ ਲੈ ਗਏ। ਠੀਕ ਹੈ, ਤੁਸੀਂ ਗੁਰੂ ਸਾਹਿਬ ਨੂੰ 5 ਰੁਪਏ ਪਾਟੇ ਟੇਕਦੇ ਆ, ਟੇਕਦੇ ਨਾ, ਸਾਧ ਨੂੰ 100 ਰੁਪਈਆ ਟੇਕਦੇ ਨਾ, ਤੁਸੀਂ ਇੰਨੀ ਤੌਰ 'ਤੇ ਬੈਂਕਰਪਟ ਹੋ ਚੁੱਕੇ ਆ ਵੀ ਗੁਰੂ ਸਾਹਿਬ ਬੋਲਦੇ ਨਹੀਂ ਵਿਚਾਰੇ, ਉਹ ਗੋਲਖ 'ਚ ਭਾਵੇਂ 1 ਰੁਪਈਆ ਪਾ ਦਿਓ, ਭਾਵੇਂ 10 ਰੁਪਈਏ ਪਾਟੇ ਪਾ ਦਿਓ। ਠੀਕ ਹੈ, ਸਾਧ ਕਹਿੰਦਾ ਵੀ ਕੁਲਵੰਤ ਸਿੰਘ ਬਾਹਰੋਂ ਆਇਆ ਵੀ ਇਹਨੇ ਮੈਨੂੰ 100 ਰੁਪਈਆ ਟੇਕਿਆ ਜਾਂ 500 ਟੇਕਿਆ। ਠੀਕ ਹੈ, ਇੱਥੇ ਆਹ ਚੀਜ਼ ਅਸੀਂ ਫੇਲ ਹੋ ਗਏ ਆਪਾਂ ਸਾਰੇ। ਦੇਖੋ, ਅੱਛੇ ਸਾਧੂ ਸੰਤ ਵੀ ਆ, ਜਿਹੜੇ ਪਹਿਲੇ ਹਸਪਤਾਲ ਦੀ ਗੱਲ ਕੀਤੀ ਆ, ਦੋਧਰ ਦੇ ਵਿੱਚ ਆ, ਉਹ ਵਧੀਆ ਸੰਤ ਮਹਾਂਪੁਰਸ਼ ਹਸਪਤਾਲ ਚਲਾ ਰਹੇ ਆ, ਅਸੀਂ ਚੰਗੇ ਕਹਿ ਰਹੇ ਹਾਂ ਉਹਨਾਂ ਨੂੰ, ਉਹਨਾਂ ਮਹਾਂਪੁਰਸ਼ਾਂ ਨੇ ਵਧੀਆ ਹਸਪਤਾਲ ਬਣਾਇਆ। ਪਰ ਜਿਹੜੇ ਹੁਣ ਠਾਠਾਂ ਗੁਰਦੁਆਰੇ ਬਣਾਈ ਜਾਂਦੇ ਆ, ਬਹੁਤ ਬਣ ਗਏ ਯਾਰ। ਗੁਰੂ ਸੋਹਣਾ, ਗੁਰੂ ਸਾਹਿਬ ਦਾ ਪ੍ਰਚਾਰ ਕਰੋ, ਸੋਹਣਾ ਪ੍ਰਚਾਰ ਦੀ ਲੋੜ ਹੈ, ਗੁਰੂ ਦੇ ਆਪਾਂ ਨੇੜੇ ਰਹੀਏ। ਠੀਕ ਹੈ, ਨੇੜੇ ਤਾਂ ਹੀ ਰਹਾਂਗੇ, ਉਹ ਸਾਧ ਰਹਿਣ ਨਹੀਂ ਦਿੰਦਾ, ਉਹ ਕਹਿੰਦਾ ਮੇਰੇ ਨੇੜੇ ਆ। ਠੀਕ ਹੈ, ਹੁਣ ਮਿਲਿਆ ਹੀ ਹੋਵੋਗੇ ਸਰਸਾ ਵਾਲੇ ਨੂੰ ਜਾ ਕੇ ਜੇਲ੍ਹ 'ਚ। ਵਾਹ, ਬਹੁਤ ਧੰਨਵਾਦ ਧਾਲੀਵਾਲ ਸਾਹਿਬ। ਇਹ ਸਨ ਸਾਡੇ ਨਾਲ ਕੁਲਵੰਤ ਧਾਲੀਵਾਲ ਜੀ, ਜਿਹੜੇ ਵਰਲਡ ਕੈਂਸਰ ਰੋਕੋ ਜਿਹੜੀ ਇੱਕ ਮੁਹਿੰਮ ਚਲਾਈ ਹੋਈ ਆ, ਅੱਜ ਧਨੌਲੇ ਵਿੱਚ ਆਏ ਸਨ, ਤਾਂ ਇਹਨਾਂ ਦੇ ਨਾਲ 2 ਮਿੰਟ ਗੱਲ ਕਰਨ ਦਾ ਮੌਕਾ ਮਿਲਿਆ। ਮੈਂ ਵਿਕਰਮ ਸਿੰਘ ਧਨੌਲਾ, ਸਤਨਾਮ ਸਿੰਘ ਫਤਿਹ ਦੇ ਨਾਲ ਜਵਾਬ ਦਿਓ ਜੀ .com।